ਸਲਾਮ ਅਲੈਕਮ ਪਿਆਰੀ ਪਿਆਰੀ ਬੇਟੀਓ, ਪਿਆਰੇ ਪਿਆਰੇ ਬੇਟੋ, ਖੁਦਾਵੰਦ ਕਰੀਮ ਸੇ ਆਪਕੀ ਕਰੀਅਤ ਚਾਹਤੀ ਹੋ, ਆਪ ਠੀਕ ਹੀ ਹੋਗੇ ਅੱਲਾਹ ਕਰਮ ਫਜ਼ਲ ਕਰਮ ਸੇ। ਮੈਂ ਵੀ ਠੀਕ ਠਾਕ ਹੋਂ। ਸਾਡੇ ਗੈਸ ਬੰਦ ਹੁੰਦਾ, ਮੈਂ ਨਹੀਂ ਬਣਾ ਸਕੀ ਰੈਸਪੀ, ਅੱਜ ਵੀ ਹਲਕਾ ਜਿਹਾ ਹੈ ਅਤੇ ਮੈਂ ਅੱਗੇ ਚਲੋ ਮਸਾਲਾ ਹੀ ਬਣਾ ਲਈਏ। ਹਾਂਜੀ, ਅਦਰਕ ਲਸਣ, ਬਿਸਮਿਲਲਾ ਰਹਿਮਾਨ ਰਹੀਮ। ਅੱਜ ਪਿਆਜ਼ ਨੇ, ਕੱਲ ਪਿਆਜ਼ ਅਤੇ ਟਮਾਟਰਾਂ ਲਈ ਮਸਾਲਾ ਬਣਾਉਣ ਲਏ ਹਾਂ। ਬਾਰਿਸ਼ ਹੋਣ ਲਈ ਕੋਈ ਸਬਜ਼ੀ ਵਾਲਾ ਗਲੀ ਚ ਆਉਂਦਾ ਸੀ, ਉਹ ਵੀ ਕੋਈ ਨਹੀਂ ਆਇਆ। ਅੱਜ ਬੱਚੇ ਵੀ ਨਹੀਂ ਗਏ, ਠੰਡ ਦਾ ਕਰਕੇ ਸਬਜ਼ੀ ਲੈ। ਖੁਦਾਵੰਦ ਕਰੀਮ ਸਭ ਨੂੰ ਆਪਣੀ ਅਮਾਨ ਵਿੱਚ ਰੱਖੇ, ਸਿਹਤ ਤੰਦਰੁਸਤੀ ਰਹੇ। ਖੁਦਾਵੰਦ ਕਰੀਮ ਕਾਰੋਬਾਰ ਤੁਹਾਡੇ ਅੱਜ ਬਰਕਤ ਪਾਵੇ। ਦੇਸ ਕੋਣੇ 'ਚ ਵੀ ਮੇਰੇ ਕੋਲ ਬੇਟੀ ਬੇਟਾ ਹੈ, ਅੱਲਾਹ ਦੀ ਜ਼ਾਤ ਸਾਹਿਬ ਨੂੰ ਸ਼ਫਾ ਦੇਵੇ, ਤੰਦਰੁਸਤੀ ਦੇਵੇ, ਜ਼ਿੰਦਗੀ ਹਾਂਜੀ ਜ਼ਿੰਦਗੀ ਹੋਵੇ ਲੰਬੀ। ਜਿਹੜੇ ਬਿਮਾਰ ਨੇ ਅੱਲਾਹ ਦੀ ਜ਼ਾਤ ਉਹਨਾਂ ਨੂੰ ਸ਼ਫਾ ਦੇਵੇ। ਜਿਹੜੇ ਬੇ ਔਲਾਦ ਨੇ ਅੱਲਾਹ ਦੀ ਜ਼ਾਤ ਉਹਨਾਂ ਨੂੰ ਔਲਾਦ ਤੋਂ ਨਵਾਜ਼ੇ। ਜਿਹੜੀਆਂ ਬੱਚੀਆਂ ਦੇ ਰਿਸ਼ਤੇ ਨਹੀਂ ਹੁੰਦੇ, ਅੱਲਾਹ ਦੀ ਜ਼ਾਤ ਉਹਨਾਂ ਦੇ ਰਿਸ਼ਤੇ ਕਰੇ, ਅੱਲਾਹ ਦੀ ਜ਼ਾਤ ਸੇ ਤੰਦਰੁਸਤੀ ਦੇਵੇ। ਟਮਾਟਰ ਆ ਸਮਝ ਮੇਰਾ ਚ ਹੈ, ਬੰਦ ਗੋਭੀ ਹੈ 100 ਰੁਪਈਆ ਕੱਢ ਲੈ। ਅੱਜ ਮਸਾਲੇ ਹੈ, ਨਿਮਕ, ਹਲਦੀ, ਧਨੀਆ ਪਾਊਡਰ, ਗਰਮ ਮਸਾਲੇ ਪੀਸੇ ਕਾਲੀ ਮਿਰਚ। ਜਿਹੜੀਆਂ ਮਿਰਚਾਂ ਸੀ ਉਹ ਵੀ ਵਿੱਚ ਕੱਟ ਲਈਆਂ। ਪਿਆਰੀ ਪਿਆਰੀ ਬੱਚੀ ਔਰ ਬੱਚੋ, ਤੁਹਾਡੀ ਵਾਸਤਾ ਤੁਹਾਨੂੰ ਆਪਣੇ ਖੁਦਾ ਦਾ ਮੇਰੇ ਚੈਨਲ ਨੂੰ ਲਾਜ਼ਮੀ ਵੇਖਿਆ ਕਰੋ। ਤੁਸੀਂ ਮੇਰੀ ਵੀਡੀਓ ਨਹੀਂ ਵੇਖਦੇ, ਕੀ ਜਾਣਦਾ ਪੁੱਤ ਤੁਹਾਡਾ ਜੇ ਮੇਰੀ ਵੀਡੀਓ ਨੂੰ ਵੇਖ ਲਵੋ ਤਾਂ। ਮਿੰਨਤ ਵਾਲੀ ਗੱਲ ਆ, ਮੇਰੇ ਚੈਨਲ ਨੂੰ ਵੀਡੀਓ ਵੇਖਿਆ ਕਰੋ, ਸਬਸਕ੍ਰਾਈਬ ਵੀ ਕੀਤਾ, ਸ਼ੇਅਰ ਵੀ ਲਾਇਆ, ਕਿ ਤੁਹਾਡੀ ਬੜੀ ਮਿਹਰਬਾਨੀ ਆ।
ਬੇਵਾ ਔਰਤ ਆ, ਗਰੀਬ ਆ, ਮੇਰਾ ਕੋਈ ਇੰਨਾ ਨਹੀਂ ਕੋਈ ਵੀ, ਤੇ ਇਸ ਤੋਂ ਤੁਹਾਡੇ ਤਰਲਾ ਲੈਣੀ ਆ। ਚਲੋ ਤੁਸੀਂ ਮੇਰੀ ਵੀਡੀਓ ਪੂਰੀ ਵੇਖਿਆ ਕਰੋ, ਕੋਈ ਲੇਖ ਸ਼ੇਅਰ ਕਰ ਦਿਆ ਕਰੋ, ਤੁਹਾਡੀ ਮਿਹਰਬਾਨੀ ਆ। ਜਿੰਦੇ ਵਸਦੇ ਰਹੋ, ਅੱਲਾ ਤੁਹਾਨੂੰ ਤੰਦਰੁਸਤੀ ਦੇਵੇ। ਅੱਜ ਦੇ ਦਿਨ ਵਾਸਤੇ ਫਿਰ ਇੰਨਾ ਹੀ ਕਾਫੀ ਹੈ, ਕੱਲ੍ਹ ਨੂੰ ਨਵੀਂ ਵੀਡੀਓ ਨਾਲ ਮਿਲਾਂਗੇ। ਸਾਡੇ ਗੈਸ ਹੀ ਨਹੀਂ ਹੁੰਦਾ, ਦੋ ਤਿੰਨ ਦਿਨ ਵਿੱਚ ਰੈਸਪੀ ਪਾਈ ਨਹੀਂ ਗਈ ਗੈਸ ਦੀ ਵਜ੍ਹਾ ਤੋਂ। ਅੱਲਾ ਹਾਫਿਜ਼।